ਤੁਹਾਡਾ ਵੈਲਕਮ ਆ ਗਾਇਸ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਮੈਂ ਸ਼ੁਰੂ ਕਰਨ ਲੱਗਿਆਗਾ ਲਗਭਗ 11:00 ਵਜੇ ਕਿਉਂਕਿ ਨਾ 9 ਤੋਂ 10:30 ਮੇਰਾ ਪੇਪਰ ਸੀਗਾ ਤੇ ਹੁਣ ਮੇਰਾ ਪੇਪਰ ਹੋ ਚੁੱਕਿਆਗਾ ਤੇ ਮੈਂ ਹੁਣ ਰੈਡੀ ਸ਼ੈਡੀ ਹੋ ਗਿਆ ਮੈਂ ਕਿਹਾ ਚਲੋ ਨਾ ਅੱਜ ਬੱਦਲ ਜੇ ਖਾਸੇ ਵਧੀਆ ਨਿਕਲੇ ਹੋਏ ਆਗੇ ਤੇ ਮਤਲਬ ਨੇ ਰਾਜਾ ਹੀ ਆ ਮੈਂ ਕਿਹਾ ਚਲੋ ਦੋ ਚਾਰ ਫੋਟੋਆਂ ਖਿੱਚ ਲੈਣੇ ਆਗੇ ਤੇ ਵਧੀਆ ਹੁੰਦੀਆਂ ਨਹੀਂਆਂ ਮੀਂਹ ਚ ਵੀ ਫੋਟੋਆਂ ਵਧੀਆ ਹੁੰਦੇ ਨੇ ਉਹ ਬੱਦਲ ਬੁੱਦਲ ਜਿਹੇ ਇਹੋ ਜਿਹੇ ਹੁੰਦੇ ਆ ਆਈਸ ਮੈਂ ਭਾਉਣ ਲੱਗਿਆ ਸੀ ਹੁਣ ਰੀਲਰ ਉੱਲਾ ਤੇ ਫੋਟੋ ਫੋਟਾ ਖਿੱਚਦੇ ਸੀਗੇ ਤੇ ਬਾਕੀ ਫੋਟੋਆਂ ਖਿੱਚਣ ਲੱਗੇ ਤੇ ਇੱਧਰ ਦੇਖ ਲਓ ਤੁਸੀਂ ਮੀਂਹ ਪੈਣ ਲੱਗ ਗਿਆ ਤੇ ਬਾਕੀ ਹੁਣ ਦੇਖਦੇ ਆਂ ਕਿ ਕਿੱਦਾਂ ਕਰਦੇ ਆਂਗੇ ਵੀ ਕਿਵੇਂ ਕਰੀਏ ਫਿਰ ਫੋਟੋ ਫੋਟਾਂ ਦਾ ਮੈਂ ਤਾਂ ਅੱਜ ਰੈਡੀ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਤੇ ਫੋਟੋਆਂ ਖਿੱਚਣ ਗਈ ਜਾਨੀ ਗਲਤ ਹੋ ਗਿਆ ਕੰਮ ਤੇ ਬਾਕੀ ਮੈਂ ਹੁਣੀ ਹੁਣੀ ਜਾ ਕੇ ਆਏਗਾ ਮੰਮੀ ਹੁਣ ਉਤਾਰ ਕੇ ਆਇਆ ਮੰਮੀ ਹੁਣ ਹੈਗਾ ਸੀ ਕੰਮ ਫਿਰ ਮੈਂ ਗੱਡੀ ਲੈ ਗਿਆ ਸੀ ਤੇ ਉਹਨਾਂ ਉਤਾਰਿਆ ਸੀਗਾ ਦੇ ਗਾਈਸ ਦੋ ਤਿੰਨ ਰੀਲਾ ਮੈਂ ਬਣਾ ਚੁੱਕੇ ਹਾਂਗਾ ਤੇ ਉਹ ਤੁਹਾਨੂੰ ਦੇਖਣ ਨੂੰ ਮਿਲ ਗਿਆ ਮੇਰੇ ਇੰਸਟਾਗ੍ਰam ਆਈਡੀ ਤੇ ਉੱਥੇ ਵੀ ਜਾ ਕੇ ਫੋਲੋ ਕਰੋ ਨੂਰ ਉਪਾਲ 3600 ਕਿਉਂਕਿ ਮੈਂ ਹੁਣ ਜਿਹੜਾ ਆਪਣੇ ਫੋਰਡ ਦੇ ਚਾਰਜਿੰਗ ਬਾਕਸ ਫਿੱਟ ਕਰਨਾ ਸੀਗਾ ਉਹ ਵਾਲਾ ਫਿੱਟ ਕਰਨ ਲੱਗਾਂਗਾ ਚਲੋ ਫਿਰ ਨਾਲੇ ਤੁਹਾਨੂੰ ਦਿਖਾਉਣਾ ਅਨਬਾਕਸਿੰਗ ਵਗੈਰਾ ਸਾਰਾ ਕੁਝ ਤੇ ਮੈਂ ਕੱਪੜੇ ਝਿੰਝ ਕਰਕੇ ਆਉਣਾ ਤੇ ਲਓ ਜੀ ਮੈਂ ਕੱਪੜੇ ਝਿੰਝ ਕਰ ਲਏ ਲੋਰੂਨ ਵਗੈਰਾ ਪਾ ਲਏ ਤੇ ਨਾਲੇ ਬੂਟ ਪਾ ਲਏ ਤੇ ਮੈਂ ਉਹ ਲਾਤੀ ਉੱਪਰੋਂ ਜੈਕਟ ਜੀ ਮੈਂ ਕਿਹਾ ਗੰਦੀ ਹੋ ਜੂਗੀ ਤੇ ਚਲੋ ਹੁਣ ਆਪਾਂ ਕਰਨ ਲੱਗਦੇ ਆਂਗੇ ਫ ਕਿਉਂਕਿ ਹੁਣ ਕਣੀਆਂ ਰੋਕ ਗਈਆਂ ਤੇ ਬਾਹਰ ਕੱਢ ਲੈਣੇ ਆ ਤੁਸੀਂ ਦੇਖ ਸਕਦੇ ਹੋਗੇ ਹੁਣ ਮੈਂ ਜਾਮਾ ਕਿਵੇਂ ਟਰੈਕਟਰ ਲਵੇ ਉਧਰ ਦੀ ਦੇਖਾਂ ਉਧਰ ਦੀ ਹੋ ਮੈਨੂੰ ਲੱਗਦਾ ਜਗਾ ਇਹ ਹਾਂ ਹੈਗੀ ਆ ਇੱਧਰ ਦੀ ਚੜ ਸਕਦੇ ਆ ਨਹੀਂ ਉਧਰ ਦੀ ਤਾਂ ਔਖਾ ਸੀਗਾ ਤੇ ਚਲੋ ਹੁਣ ਕਰਦੇ ਆ ਸਟਾਰਟ ਆਪਣੇ ਚੋਬਰ ਨੂੰ ਤੇ ਦੇਖੋ ਤੁਸੀਂ ਆਹ ਕੱਢ ਲੈ ਗੇਅਰ ਆਪਾਂ ਲਓ ਜੀ ਚਾਬੀ ਲਾਉਣ ਸਾਰੀ ਦੇਖੋ ਤੁਸੀਂ ਲਾਈਟਾਂ ਚੱਲ ਪੈਂਦੀਆਂ ਨੇ ਕਿਉਂਕਿ ਜੀ ਹਨਾ ਸੋਚ ਖਰਾਬ ਆਗੀ ਅਜੇ ਜਿਦੋਂ ਆਪਾਂ ਲੱਟਾ ਚਲਾਉਨੇ ਆ ਤੇ ਫਿਰ ਮੈਂ ਚਾਬੀ ਤੇ ਹੀ ਕਰਤੀਆਂ ਸੀਗੀਆਂ ਲੋਡ ਪੈਂਦੀ ਹੈ ਨਾ ਤੇ ਲਓ ਜੀ ਆਪਾਂ ਟਰੈਕਟਰ ਦਾ ਕਰ ਲਿਆ ਬਾਹਰ ਤੇ ਹੁਣ ਤੁਸੀਂ ਦੇਖ ਸਕਦੇ ਆਂਗੇ ਆਹ ਲਾਈਟਾਂ ਯਾਰ ਬਹੁਤ ਸੋਹਣੀ ਲੱਗਦੀਆਂ ਹਨਾ ਵੀਡੀਓ ਦੇ ਵਿੱਚ ਬਹੁਤ ਸੋਹਣੀ ਲੱਗਦੀਆਂ ਬਟ ਇਹ ਜਿੱਦਾਂ ਕਿ ਮੈਂ ਦੇਖ ਰਿਹਾ ਇੰਨੀਆਂ ਸੋਹਣੀਆਂ ਲੱਗਦੀਆਂ ਹੈਗੀਆਂ ਤੇ ਬਾਕੀ ਆ ਨੀਚੇ ਲਾਈਟਸ ਦੇਖ ਸਕਦੇ ਹੋ ਜਿਹੜੀਆਂ ਅੱਗੇ ਲਾਈਟਾਂ ਸੀ ਨਾ ਜਦੋਂ ਆਪਾਂ ਇਹਦਾ ਸਲੈਂਸਰ ਲਾਉਣਾ ਸੀਗਾ ਉਦੋਂ ਆਪਾਂ ਸਾਰਾ ਕੁਝ ਖੋਲ੍ਹ ਲਿਆ ਸੀਗਾ ਤੇ ਉਹਦੀ ਵਾਇਰਿੰਗ ਵੀ ਰਹਿੰਦੀ ਆ ਜੇ ਤੁਹਾਨੂੰ ਮੈਂ ਦਿਖਾਉਣਾਗਾ ਇਧਰ ਉੱਤੀ ਰੱਖੀ ਪਈ ਆ ਵਾਇਰਿੰਗ ਇੱਥੇ ਇਕੱਠੀ ਜੀ ਕਰੀ ਹੋਈ ਆਗੀ ਆ ਦੇਖੋ ਤੁਸੀਂ ਉਰੇ ਆਸਮਾਨ ਸਾਰਾ ਇਕੱਠਾ ਆਇਆ ਕਰਿਆ ਹੋਇਆ ਆ ਦੇਖੋ ਲਾਈਟਾਂ ਵੀ ਥੱਲੇ ਪਈਆਂ ਨਹੀਂ ਆ ਇਹ ਸਾਰਾ ਕੁਝ ਫਿੱਟ ਹਜੇ ਕਰਨਾਗਾ ਮੈਂ ਇਹਨੂੰ ਮਾੜਾ ਜਿਹਾ ਸ਼ੀਸ਼ਾ ਲਾਦਾ ਆ ਦੇਖੋ ਤੁਸੀਂ ਏਦਾਂ ਕਰਕੇ ਤੇ ਇਹਦਾ ਜਿਹੜਾ ਆਹ ਸੀਗਾ ਨਾ ਸਟੈਂਡ ਇਹਦਾ ਆ ਖੜਾਉਣ ਨੂੰ ਟਾਪਾ ਉਹ ਪਤਾ ਨਿਕਲ ਕੇ ਡਿੱਪਿਆ ਸੀਗਾ ਤੇ ਉਹ ਮੈਂ ਦਵਾਰੇ ਤਾਂ ਨਹੀਂ ਲਾਇਆ ਮੈਂ ਕਿਹਾ ਜੇ ਦਵਾਰੇ ਨਿਕਲ ਕੇ ਡਿੱਪਿਆ ਹੋਰ ਨਾ ਕਿਤੇ ਇਧਰ ਪੱਖੇ-ਪੁੱਖੇ ਚ ਫਸ ਜਵੇ ਤਾਂ ਕਰਕੇ ਨਹੀਂ ਮੈਂ ਲਾਇਆ ਹੈਗਾ ਮੈਂ ਕਿਹਾ ਇਹੋ ਜਿਹੀ ਚੀਜ਼ਾਂ ਫਿਰ ਲਾਉਣੀਆਂ ਨਹੀਂ ਡੈਕਟਰ ਚ ਤੇ ਹੁਣ ਇਹਦੇ ਨਾਲ ਹੀ ਕੰਮ ਸਰੀ ਜਾਂਦਾਗਾ ਪਦਿਆ ਨੀ ਯਾਰਾ ਜੀ ਤੁਸੀਂ ਲਾਇਓ ਨਾ ਨੁਕਸਾਨ ਵੀ ਕਰ ਸਾਦਿਆ ਕੋਈ ਇਸ ਕਰਕੇ ਨਹੀਂ ਮੈਂ ਲਾਈ ਹੈਗੀ ਉਹ ਤੇ ਗਾਈਜ਼ ਆਹ ਦੇਖੋ ਤੁਸੀਂ ਇਹ ਆਪਣਾ ਚਾਰਜਿੰਗ ਬਾਕਸ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਵੀ ਕੀ ਕੀ ਮਿਲਦਾਗਾ ਆਹ ਤਾਂ ਆਪਣਾ ਮੇਨ ਜਿਹੜਾ ਚਾਰਜਿੰਗ ਬਾਕਸ ਹੋ ਗਿਆ ਇਹ ਤਾਂ ਉਹ ਆ ਤੇ ਨਾਲ ਇਹਦੇ ਆ ਨਟ ਜੇ ਨੇਗੇ ਤੇ ਜਿਹੜੇ ਜਿਹਦੇ ਨਾਲ ਆਪਾਂ ਇਹਨੂੰ ਕਸਾਂਗੇ ਤੇ ਬਾਕੀ ਇਹਦੇ ਵਿੱਚ ਹੋਰ ਵੀ ਸੀ ਆਹ ਲੋਹਾ ਵਿੱਚ ਨਿਕਲ ਗਿਆ ਸਮਾਨ ਤੇ ਇਹਦੀ ਨਾਲ ਵਾਇਰਿੰਗ ਵੀ ਆ ਸਪੈਸ਼ਲ ਇਹ ਮਹਿੰਦਰਾ ਦਾਗਾ ਮਹਿੰਦਰਾ ਟਰੈਕਟਰ ਤੇ ਲੱਗਦਾਗਾ ਇਹ ਤੇ ਇਹ オリジナル ਆ ਇਹ ਆਪਾਂ ਨੂੰ ਪਿਆ ਸੀ 600 ਰੁਪਏ ਦਾ 600 ਪਤਾ ਨਹੀਂ 550 ਇੰਨੇ ਦਾ ਮਿਲਿਆ ਸੀਗਾ ਆਪਾਂ ਨੂੰ ਤੇ ਵਾਇਰਿੰਗ ਵੀ ਇਹਦੇ ਨਾਲ ਆਉਂਦੀ ਆ ਤੇ ਬਾਕੀ ਆ ਹੈਗਾ ਦਾ ਚਾਰਜਰ ਮਿਲਦਾ ਤੇ ਮੈਂ ਖੋਲ ਕੇ ਦੇਖਿਆ ਸੀਗਾ ਉੱਥੇ ਚੈੱਕ ਕਰਨ ਲੱਗੇ ਤੇ ਆਹ ਦੇਖ ਸਕਦਾ ਤੁਸੀਂ ਇਹ ਹੈਗਾ ਆਪਣਾ ਚਾਰਜਰ ਇਹਨੂੰ ਮੈਂ ਓਪਨ ਕਰਕੇ ਦਿਖਾਉਣਾ ਤੁਹਾਨੂੰ ਤੇ ਆਹ ਸੀਗਾ ਜੀ ਆਪਣਾ ਚਾਰਜਰ ਤੁਸੀਂ ਆਪ ਹੀ ਕੁਆਲਿਟੀ ਚੈੱਕ ਕਰ ਸਕਦੇ ਹੋ ਪੂਰੀ ਬੰਬ ਕੁਆਲਿਟੀ ਆ ਤੇ ਨਾਲ ਇਹਦੇ ਪਲੱਗ ਵਗੈਰਾ ਵੀ ਨੇਗੇ ਤੁਸੀਂ ਦੇਖ ਸਕਦੇ ਆ ਆ ਤਾਂ ਦੇਖ ਲਓ ਤੁਸੀਂ ਜਿਹੜਾ ਆ ਪਲੱਗ ਆਗਾ ਇਹ ਕਿਹਦੇ ਵਿੱਚ ਲੱਗ ਜਾਣਾਗਾ ਤੇ ਦੂਸਰਾ ਪਲੱਗ ਆਪਾਂ ਵੱਡ ਕੇ ਨਾ ਜਿਹੜਾ ਆਪਣਾ ਫੋਰਚ ਪਹਿਲਾ ਚਾਰਜਰ ਲਾਇਆ ਹੋਇਆ ਉਹਦੇ ਇੰਤਾਰਾ ਨਾਲ ਜੋੜ ਦਾਂਗੇ ਇਹਨੂੰ ਵਾਕਿ ਤੁਸੀਂ ਦੇਖ ਸਕਦੇ ਆ ਪੂਰੀ ਕੈਂਡ ਵਾਇਰਿੰਗ ਆ ਚਾਰਜਰ ਆਪਾਂ ਡੱਬੇ ਦੇ ਵਿੱਚ ਕਸਣਾ ਪੈਣਾ ਤੁਹਾਨੂੰ ਮੈਂ ਡੱਬਾ ਵੀ ਖੋਲ ਕੇ ਇੱਕ ਵਾਰ ਦਿਖਾਉਣਾਗਾ ਆ ਦੇਖੋ ਤੁਸੀਂ ਮੈਂ ਕੱਢ ਕੇ ਸਾਹ ਤੁਸੀਂ ਆ ਇਦਾਂ ਦਾ ਕੁਛ ਡੱਬਾ ਹੈ ਇਹਦਾ ਤੇ ਇਹ ਖੁੱਲ ਜਾਂਦਾਗਾ ਤੇ ਇਹਦੇ ਵਿੱਚ ਨਾ ਆਪਾਂ ਇਹਨੂੰ ਖਿੱਚ ਕੇ ਤੁਹਾਨੂੰ ਮੈਂ ਦਿਖਾਉਣਾਗਾ ਇਹਨੂੰ ਆਪਾਂ ਇਦਾਂ ਖਿੱਚ ਕੇ ਇਹਦੇ ਵਿੱਚ ਆਪਾਂ ਫੋਨ ਰੱਖ ਸਕਦੇ ਆ ਇਦਾਂ ਇਦਾਂ ਖਿੱਚ ਕੇ ਨਾ ਇਹਦੇ ਵਿੱਚ ਉਰੇ ਆਪਾਂ ਫੋਨ ੜਾ ਸਕਦੇ ਆ ਤੇ ਬਾਕੀ ਜਿਹੜਾ ਚਾਰਜਰ ਆ ਆਪਣਾ ਉਹਰੇ ਕਸ ਜਾਣਾਗਾ ਇਹਦੇ ਵਿੱਚ ਤੇ ਤੁਹਾਨੂੰ ਮੈਂ ਦਿਖਾਉਣਾਗਾ ਆ ਦੇਖੋ ਇਹ ਚਾਰਜਰ ਹੈਗਾ ਤੇ ਇਹਨੂੰ ਆਪਾਂ ਉਹਦੇ ਵਿੱਚ ਫਸਾ ਦੇਣਾਗਾ ਇਹਦੇ ਚ ਆ ਦੇਖੋ ਤੁਸੀਂ ਆ ਇਹਦੇ ਨਾਲ ਲੌਕ ਜੇ ਆਗੇ ਤੇ ਇਹਦੇ ਨਾਲ ਇਹ ਫਿੱਟ ਹੋ ਜਾਣਾ ਤੇ ਆ ਤੁਸੀਂ ਦੇਖ ਸਕਦੇ ਹੋ ਮੈਂ ਜਿਹੜਾ ਚਾਰਜਰ ਸੀਗਾ ਉਹ ਸਿੱਧਾ ਇਹਦੇ ਵਿੱਚ ਫਸਾਤਾ ਤੇ ਇਹਦੇ ਵਿੱਚ ਨਾ ਲੌਕ ਹੁੰਦੇ ਉਹ ਲੌਕ ਦੇ ਸਾਰੇ ਉਹ ਖੜ ਚੁੱਕੇ ਹੈਗਾ ਤੇ ਆ ਇਹਦੇ ਉੱਤੇ ਕੇ ਆਪਾਂ ਵੀ ਮਿੱਟੀ ਵਗੈਰਾ ਨਾ ਜਾਏ ਤੇ ਇਦਾਂ ਆਪਾਂ ਇਹਨੂੰ ਬੰਦ ਕਰ ਸਕਦੇ ਆ ਤੇ ਇੱਥੇ ਫੋਨ ਫਸਦਾਗਾ ਤੇ ਬਾਕੀ ਇਹਦੀ ਵਾਇਰਿੰਗ ਪਿੱਛੇ ਨਿਕਲੇ ਤੇ ਨਾ ਮੈਨੂੰ ਚਾਰਜਿੰਗ ਬਾਕਸ ਦੇ ਵਿੱਚ ਇੱਕ ਹੋਰ ਚੀਜ਼ ਲੱਭੀ ਮੈਂ ਇਹਦੇ ਵਿੱਚ ਦੇਖਣ ਲੱਗਿਆ ਤੇ ਆ ਦੇਖੋ ਤੁਸੀਂ ਮੈਨੂੰ ਇਹਦਾ ਸਟicker ਹੈਗਾ ਵੀ ਇਹ ਜੇ ਤੁਸੀਂ ਲਾ ਸਕਦੇ ਤਾਂ ਬਹੁਤ ਕੋ ਲਿਖਿਆ ਹੋਇਆ ਹੈਗਾ ਤੇ ਮੈਂ ਸੋਚਿਆ ਚਲੋ ਇੱਥੇ ਕਾ ਨੂੰ ਲਾਉਣਾ ਗਏ ਬਲੈਕ ਇੱਤੈ ਹੀ ਸੋਹਣਾ ਲੱਗਦਾ ਹੈਗਾ ਤੇ ਆਹ ਸਟicker ਤਾਂ ਬੇਕਾਰ ਹੈ ਇਹਨੂੰ ਵਿੱਚ ਹੀ ਸਿੱੜ ਦਿੰਨੇ ਆ ਤੇ ਮੈਂ ਨਾ ਜਦੋਂ ਮਿਸਤਰੀ ਕੋਲ ਵੇ ਗਲੀਆਂ ਕਢਾਉਣ ਗਿਆ ਤਾਂ ਉਹ ਮੈਨੂੰ ਕਹਿੰਦਾ ਨਾ ਇਹ ਕਿਤੇ ਹੋਰ ਫਿੱਟ ਨਹੀਂ ਹੋਣਾ ਵੀ ਇਹ ਨਾ ਹੋਰ ਤਾਂ ਸੀ ਕਈ ਜਗ੍ਹਾ ਤੇ ਫਿੱਟ ਕਰਕੇ ਦੇਖਿਆ ਤੇ ਇਹ ਵੀ ਲਾ ਲਾ ਕੇ ਵੀ ਹੋਰ ਕਿਤੇ ਫਿੱਟ ਨਹੀਂ ਹੁੰਦਾ ਸੀਗਾ ਆਹੀ ਦੋ ਜਗ੍ਹਾ ਸੀਗੀਆਂ ਇੱਧਰ ਜਾਂ ਉੱਧਰ ਅਟਾ ਦੁੱਨੇ ਪਾਸੀ ਹੈ ਨਾ ਇਹਦੀ ਜਿਹੜੀ ਮੰਗਰਿਆੜ ਦੀ ਸਪੋਰਟ ਆ ਪਿਛਲੀ ਸਾਈਡ ਤੋਂ ਉਹ ਆਉਂਦੀ ਸੀਗੀ ਇਸ ਕਰਕੇ ਹੈ ਨਾ ਆਪਣੇ ਇਹਦੇ ਚ ਤਿੰਨ ਸਕਰੂ ਨੇ ਬਟ ਆਪਣੇ ਦੋ ਹੀ ਲੱਗਣੇ ਆਗੇ ਕਿਉਂਕਿ ਤੀਜੇ ਸਕਰੂ ਉਹ ਵਿਚਾਲੇ ਆਉਂਦਾਗਾ ਉਹਦੇ ਕਰਕੇ ਉੱਥੇ ਸਪੋਰਟ ਆਉਂਦੀ ਆ ਤੇ ਹੁਣ ਦੋ ਸਕਰੂ ਹੀ ਲੱਗਣਗੇ ਤੇ ਪਹਿਲਾਂ ਦੋ ਗਲੀਆਂ ਗਲਤ ਵੱਜ ਗਈਆਂ ਸੀ ਜਾਂ ਫਿਰ ਉਸ ਤੋਂ ਦੋ ਗਲੀਆਂ ਉਹਨੇ ਸਹੀ ਮਾਰੀ ਮੈਸਤਰੀ ਨੇ ਤੇ ਹੁਣ ਆਪਾਂ ਕੱਸਦੇ ਆਂਗੇ ਆ ਡੱਬਾ ਤੇ ਇਦਾਂ ਕੁਛ ਇੱਥੇ ਕਸਿਆ ਜਾਣਾ ਇਹ ਇਦਾਂ ਦਾ ਤੇ ਇਹਦੇ ਵਿੱਚ ਫੋਨ ਆਪਣਾ ਚਾਰਜ ਹੋ ਜਾ ਕਰਨਾਗਾ ਨਾਟ ਕੱਸ ਕੇ ਫਿਰ ਤੁਹਾਨੂੰ ਦਿਖਾਉਣਾ ਮੈਂ ਲਾਓ ਜੀ ਇੱਕ ਨਟ ਤਾਂ ਮੈਂ ਕੱਸਤਾ ਇੱਕ ਨਟ ਰਹਿ ਗਿਆ ਤੇ ਇਹਨਾਂ ਮੈਂ ਨਟ ਕੱਸਦਾ ਕੱਸਦਾ ਮੇਰਾ ਗੂਠਾ ਵੱਢਿਆ ਗਿਆ ਪਤਾ ਨਹੀਂ ਕੀ ਲੱਗਿਆ ਹੁਣ ਅੰਦਰੋਂ ਕੁਝ ਹੈਗਾ ਸੀ ਕੁਝ ਤਿੱਖਾ ਜਿਹਾ ਪਤਾ ਨਹੀਂ ਹੁਣ ਕੀ ਸੀਗਾ ਚਲੋ ਕੋਈ ਨਾ ਮੈਂ ਧੋਕੇ ਆਉਣਾਗਾ ਤੇ ਇਹਦੇ ਤੇ ਕੁਝ ਬੰਨ ਬੁੰਨ ਲੈਣਾਗਾ ਸੱਟ ਜਾ ਹੋ ਜਾਊਗਾ ਤੇ ਬਾਕੀ ਇਧਰੋਂ ਆਪਣਾ ਨਾ ਇੱਕ ਨਟ ਰਹਿ ਗਿਆ ਇੱਕ ਕੱਸਿਆ ਗਿਆ ਤੇ ਇਧਰ ਦੀ ਕੱਸਿਆ ਜਾਣਾ ਦੂਜਾ ਨਟ ਤੇ ਬਹੁਤ ਮਿਹਨਤ ਤੋਂ ਬਾਅਦ ਆਪਣੇ ਨਟ ਤਾਂ ਕਸੇਗੇ ਆਹ ਦੇਖੋ ਇਦਾਂ ਖੋਲ ਜਿਆ ਕਰੂ ਇਦਾਂ ਲੱਗ ਜਿਆ ਕਰੂ ਖੋਲ ਜਿਆ ਕਰੂ ਲੱਗ ਜਿਆ ਕਰੂ ਇੱਥੇ ਆਪਾਂ ਇਹਦੇ ਵਿੱਚ ਫੋਨ ਫਸਾ ਲਿਆ ਕਰਾਂਗੇ ਤੇ ਆਹ ਇਹਦੀ ਵਾਇਰਿੰਗ ਆ ਗਈ ਹੁਣ ਨਾ ਮੈਂ ਵਾਇਰਿੰਗ ਦਾ ਕਿਦਾਂ ਕਰਨਾਗਾ ਮੈਂ ਇਥੋਂ ਜੇ ਇੱਕ ਵਾਇਰ ਜਿੱਦਾਂ ਆ ਆਪਣਾ ਇਹਦਾ ਪਲੱਗ ਆ ਤੇ ਆ ਇਹਦੀ ਵਾਇਰਿੰਗ ਆ ਇਥੋਂ ਲਿਆਉਣੀ ਆ ਤਾਰ ਤੇ ਆ ਜਿਹੜਾ ਆਪਣਾ ਪਹਿਲਾਂ ਲੱਗਿਆ ਹੋਇਆ ਸੀ ਇਹਨੂੰ ਖੋਲ ਕੇ ਇਹਦੇ ਨਾਲ ਹੈਗੀ ਸੀ ਸੋਚ ਜਿੱਦ ਨਾਲ ਇਹ ਚੱਲਦਾ ਸੀਗਾ ਤੇ ਉਹ ਸੋਚ ਦੇ ਨਾਲ ਹੀ ਮੈਂ ਸੋਚਦਾ ਤਾਰਾਂ ਕਨੈਕਟ ਕਰਦਾ ਚਲੋ ਫਿਰ ਇਹਦੀ ਵਾਇਰਿੰਗ ਵੇਰਾ ਕਰਦੇ ਆਂਗੇ ਬਾਉ ਜੀ ਇਹਦੀ ਵਾਇਰਿੰਗ ਹੋ ਚੁੱਕੀ ਆ ਇਥੋਂ ਦੀ ਤਾਰ ਨਿਕਲ ਜਾਂਦੀ ਆ ਤੁਸੀਂ ਦੇਖ ਸਕਦੇ ਆਂਗੇ ਤੇ ਇਥੋਂ ਹੀ ਤਾਰ ਜਾਂਦੀ ਆ ਇਹ ਥੋੜੀ ਮੈਂ نیچے ਨੂੰ ਕਰ ਦਿੰਨਾਗਾ ਤੇ ਥੋੜੀ ਟਾਈਟ ਜੀ ਹੋ ਜੂਗੀ ਤੇ ਬਾਕੀ ਇਧਰ ਦੀ ਕੱਢ ਕੇ ਵਾਇਰਿੰਗ ਉਰੇ ਆਉਂਦੀ ਆ ਆ ਤਾਂ ਰੈੱਡ ਤਾਰ ਆ ਜਿਹੜੀ ਆਪਣੀ ਹੈ ਨਾ ਉਹ ਦੂਜੀ ਸੀਗੀ ਅਰਥ ਵਾਲੀ ਉਹ ਤਾਂ ਮੈਂ ਤੇ ਨਾਲ ਅਰਥ ਕਰਤੀ ਉਰੇ ਤੇ ਮੈਂ ਸੋਚਿਆ ਨਾ ਵੀ ਇਹਨੂੰ ਮੈਂ ਪੱਕਾ ਹੀ ਕਰ ਦਿੰਨਾਗਾ ਵੀ ਇਹਨੂੰ ਸੋਚ ਲਾਉਣ ਦੀ ਲੋੜ ਨਹੀਂ ਇਹਨੂੰ ਸੋਚ ਲਾਉਣ ਦੀ ਲੋੜ ਕਿਉਂ ਨਹੀਂ ਕਿਉਂਕਿ ਨਾ ਇਹਦੇ ਵਿੱਚ ਜਦੋਂ ਆਪਾਂ ਅਡੈਪਟਰ ਆਗਾ ਦੇਖੋ ਆ ਜਿਹਦੇ ਵਿੱਚ ਜਦੋਂ ਆਪਾਂ ਅਡੈਪਟਰ ਲਾਵਾਂਗੇ ਫੇਰ ਹੀ ਚਾਰਜਿੰਗ ਤੇ ਚੱਲੂਗਾ ਉਹ ਉਹ ਬਾਕੀ ਟਾਈਮ ਆ ਤਾਂ ਆਪਾਂ ਉਹਨੂੰ ਕੱਢ ਕੇ ਰੱਖ ਦਿਆ ਕਰਾਂਗੇ ਤੇ ਇਹਨੂੰ ਮੈਂ ਪੱਕਾ ਹੀ ਕਰ ਦਿੰਨਾਗਾ ਤੇ ਜੇ ਮੈਂ ਹਨਾ ਮਤਲਬ ਲੋੜ ਪਈ ਫਿਰ ਮੈਂ ਉਰੇ ਸੋਚ ਲਿਆ ਕੇ ਲਾ ਦੂੰਗਾ ਉ ਇਦੇ ਚ ਇੱਕ ਹੋਰ ਗਲੀ ਕੱਢ ਗਏ ਨਾ ਪੱਤੀ ਚੋਰੇ ਇੱਥੇ ਇੱਕ ਸੋਚ ਲਿਆ ਗਲਾ ਦੂੰਗਾ ਤੇ ਬਾਕੀ ਦੇਖਦੇ ਆਂਗੇ ਤੇ ਮੈਂ ਤਾਂ ਇਹ ਨਹੀਂ ਸੋਚਿਆ ਵੀ ਹਨਾ ਸਿੱਧਾ ਹੀ ਕਰ ਦੇਣਾ ਫਿਲਹਾਲ ਹੁਣ ਲਈ ਇਸ ਟਾਈਮ ਲਈ ਮੈਂ ਸਿੱਧਾ ਹੀ ਕਰ ਦੇਣਾ ਇਹਨੂੰ ਕਿਉਂਕਿ ਨਾ ਆ ਜਗਾੜਾ ਜਿਹੜਾ ਇਹ ਮੈਂ ਹਜੇ ਖੋਲਣਾ ਨਹੀਂਗਾ ਇਹ ਤਾਂ ਨਹੀਂ ਖੋਲਣਾ ਹੈਗਾ ਕਿਉਂਕਿ ਆਲੂਆਂ ਵਲੇ ਨਾ ਸਾਨੂੰ ਲੋਡ ਪੈਂਦੀ ਆ ਆ ਮੇਰੇ ਇੱਕ ਤਾਂ ਮੇਰਾ ਫੋਨ ਹੋ ਜਾ ਕਰੂ ਇੱਕ ਡੈਡੀ ਦਾ ਕਿਉਂਕਿ ਆ ਜਿਹੜੇ ਆਈਫੋਨ ਨੇ ਇਹ ਬਾੜੀ ਸੀ ਡਾਊਨ ਹੁੰਦੇ ਆ ਤੇ ਜਿਹੜਾ ਆਪਣਾ ਜੌਂਡੀਅਰ ਤੇ ਆ ਜਗਾੜ ਜੌਂਡੀਅਰ ਵਾਲਾ ਇੰਨਾ ਵਧੀਆ ਨਹੀਂ ਚਾਰਜ ਕਰਦਾ ਉਦੇ ਤੇ ਵੀ ਉਹਦਾ ਪਲੱਗ ਦਾ ਚੇਂਜ ਕਰਨ ਵਾਲਾਗਾ ਤੇ ਉਹ ਵੀ ਆਪਾਂ ਕਰਾਂਗੇ ਤੇ ਤੁਹਾਨੂੰ ਚਲਾ ਕੇ ਦਿਖਾਉਣਾ ਹੁਣ ਮੈਂ ਇਹਦੇ ਵਿੱਚ ਚਾਰਜਰ ਵਗੈਰਾ ਲਾ ਕੇ ਤੇ ਮੈਂ ਲਿਆਉਣਾਗਾ ਪਹਿਲਾਂ ਕਾਰ ਚਾਰਜਰ ਮੇਰੇ ਕੋਲ ਸ਼ਾਇਦ ਹੀ ਹੋਵੇ ਜੇ ਨਾ ਹੋਇਆ ਤਾਂ ਮੈਂ ਮੰਗਾ ਕੇ ਫਿਰ ਤੁਹਾਨੂੰ ਚਲਾ ਕੇ ਦਿਖਾਉਣਾ ਤੇ ਮੇਰੇ ਕੋਲ ਚਾਰਜਰ ਹੈ ਨਹੀਂ ਸੀਗਾ ਤੇ ਹੁਣ ਮੈਂ ਸਪੈਸ਼ਲ ਮੰਗਾਇਆ ਸੀਗਾ ਆਪਣੀ ਸ਼ਾਪ ਤੋਂ ਤੇ ਹੁਣ ਮੇਰੇ ਕੋਲ ਚਾਰਜਰ ਪਹੁੰਚ ਚੁੱਕਿਆਗਾ ਤੇ ਹੁਣ ਤੁਹਾਨੂੰ ਮੈਂ ਇਹ ਦੇਖ ਲਓ ਤੁਸੀਂ ਕੱਢ ਲੈਨੇ ਇਹਨੂੰ ਆਪਾਂ ਤੇ ਇੱਕ ਵਾਰ ਇਹਦੇ ਵਿੱਚ ਮੈਂ ਲਾ ਕੇ ਦੇਖ ਲਾਂ ਉਹ ਵੀ ਗਾਈਜ਼ ਆਪਣਾ ਚਾਰਜਰ ਪੂਰਾ ਵਧੀਆ ਵਰਕ ਕਰ ਰਿਹਾ ਹੈਗਾ ਤੇ ਮੈਂ ਆਪਣੇ ਫੋਨ ਚ ਲਾ ਕੇ ਦੇਖਿਆ ਸੀਗਾ ਹੁਣ ਫਿਲਹਾਲ ਮੈਂ ਉਧਰ ਕੋਈ ਹੋਰ ਫੋਨ ਚੱਕ ਕੇ ਲਿਆਉਣਾ ਉਹਦੇ ਚ ਤੁਹਾਨੂੰ ਚਾਰਜ ਲਾ ਕੇ ਚੈੱਕ ਕਰਾਉਣਾ ਹੈਗਾ ਤੇ ਆਹ ਵਾਲੀ ਉਹਦੇ ਜੀ ਆ ਯਾਰ ਇਹਦੇ ਚ ਜਿਹੜੇ ਫੋਨ ਫਾਟ ਜਾਂਦਾ ਨਾ ਤੇ ਜਿੱਦਾਂ ਆਪਾਂ ਟਾਪਾ ਲਾਵਾਂਗੇ ਇੱਕ ਚੀਜ਼ ਮੈਂ ਨੋਟਿਸ ਕੀਤੀ ਵੀ ਹਨਾ ਚਾਰਜਰ ਦੇ ਚ ਛੋਟਾ ਲੱਗੂਗਾ ਕਿਉਂਕਿ ਫਿਰ ਟਾਪਾ ਲਾਉਣਾ ਫਿਰ ਆ ਕੇਬਲ ਘੁੱਟੀ ਜਾਂਦੀ ਆ ਤੇ ਇਸ ਕਰਕੇ ਮੈਂ ਪੁਰਾਣਾ ਇਹ ਲੱਭ ਕੇ ਲਿਆਇਆਗਾ ਇਹਨੂੰ ਚਲਾ ਕੇ ਦੇਖਦੇ ਆਂ ਚੱਲਿਆ ਬਹੁਤ ਪੁਰਾਣਾ ਹੈ ਟਰੈਕਟਰ ਦੇ ਟੂਲ ਚ ਹੀ ਪਿਆ ਸੀਗਾ ਲਾ ਕੇ ਦੇਖਦੇ ਆ ਤੇ ਇਹਨੂੰ ਆਪਾਂ ਚਲੋ ਇਹ ਮਿਲਦਾ ਟਾਪਾ ਖੋਲ ਕੇ ਯੂਜ਼ ਕਰਨਾ ਪਿਆ ਕਰਨ। ਲਓ ਜੀ ਮਿੱਤਰੋ ਹੁਣ ਤੁਹਾਨੂੰ ਮੈਂ ਚਾਰਜਰ ਲਾ ਕੇ ਦਿਖਾਉਣਾ। ਮੈਂ ਘਰੋਂ ਇੱਕ ਉਧਰੋਂ ਫੋਨ ਚੱਕ ਕੇ ਲੈ ਆਂਗਾ। ਲਓ ਜੀ ਆਪਾਂ ਚਾਰਜਰ ਲਾਤਾ। ਆ ਦੇਖੋ ਤੁਸੀਂ ਫੋਨ ਚਾਰਜ ਹੋ ਰਿਹਾਗਾ ਤੇ ਬਾਕੀ ਪੂਰਾ ਵਧੀਆ ਕੰਮ ਕਰ ਰਿਹਾਗਾ ਇਹ ਆਪਣਾ ਤੇ ਫਿਲਹਾਲ ਮੈਂ ਆਪਦੇ ਫੋਨ ਨਾਲ ਵੀ ਲਾ ਕੇ ਦੇਖਿਆ ਸੀਗਾ ਪੂਰਾ ਵਧੀਆ ਚਾਰਜ ਕਰ ਰਿਹਾਗਾ ਆਈਫੋਨ ਦੀ ਕੇਬਲ ਨਾਲ। ਤੇ ਇਹਦੇ ਵਿੱਚ ਆਪਾਂ ਫੋਨ ਰੱਖ ਸਕਦੇ ਹਾਂ ਇੱਕ ਵਾਰ ਤੁਹਾਨੂੰ ਮੈਂ ਫੋਨ ਰੱਖ ਕੇ ਵੀ ਦਿਖਾਉਣਾਗਾ ਦੇਖੋ ਤੁਸੀਂ ਇਹਦੇ ਵਿੱਚ ਮੈਂ ਫੋਨ ਰੱਖਤਾ ਤੇ ਹੁਣ ਇਹਨੂੰ ਇਦਾਂ ਲਾ ਸਕਦੇ ਹਾਂ ਆਪਾਂ ਤੇਰੇ ਉੱਤਰ ਦੀ ਆਪਾਂ ਔਰਨ ਦੀ ਜਾਰਜਰ ਵੀ ਲਾ ਸਕਦੇ ਹਾਂ ਦੇਖੋ ਇਦਾਂ ਤੇ ਆਪਣਾ ਫੋਨ ਚਾਰਜ ਹੋਈ ਜਾਊਗਾ ਤੇ ਚਾਰਜਿੰਗ ਬਾਕਸਾ ਤੁਸੀਂ ਦੇਖ ਲਿਆ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਤੇ ਹੁਣ ਫਿਲਹਾਲ ਮੈਂ ਆਪਣੇ ਅੰਦਰ ਦਾ ਇੱਕ ਰੂਮ ਦੇ ਵਿੱਚ LCD ਚੇਂਜ ਕਰਨੀ ਸੀਗੀ ਤੇ LED ਕਹਿ ਲਓ ਜਾਂ ਜਿਹੜਾ ਕੋ ਮਰਜੀ ਕਹਿ ਲਓ ਉਹ ਆਪਾਂ ਦੂਸਰੇ ਰੂਮ ਚ ਲਾਉਣੀ ਆ ਤੇ ਉਹ ਹੁਣ ਚਲੋ ਮੈਂ ਜਾ ਕੇ ਖੋਲਦਾਗਾ ਤੇ ਨਾਲ ਤੁਹਾਨੂੰ ਦਿਖਾਉਣਾਗਾ ਤੇ ਦੂਸਰੇ ਰੂਮ ਦੇ ਵਿੱਚ ਆਪਾਂ ਫਿੱਟ ਕਰਦੇ ਆ ਨਾਲ ਤੁਹਾਨੂੰ ਦਿਖਾਉਨੇ ਆ ਤੇ ਲੌਬੀ ਪ੍ਰਧਾਨ ਆ ਵਾਲੀ ਆਪਣੀ LCD ਆ ਆ ਸਾਮਾਨ ਜਾਂ ਲਾ ਦੀਏ ਤਾਂ ਸਾਰਾ ਇਹਨੂੰ ਮੈਂ ਸਾਈਡ ਤੇ ਰੱਖ ਦਾਂਗਾ ਆ ਜਿਹੜੇ ਭੱਲੂ ਭੁੱਲ ਜੇ ਪਏ ਆ ਤੇ ਹੁਣ ਆਪਾਂ ਆ ਖੋਲਣੀ ਆ ਤੇ ਇਹ ਆਪਾਂ ਕਰਨੀ ਆ ਸ਼ਿਫਟ ਦੂਸਰੇ ਰੂਮ ਦੇ ਵਿੱਚ ਤੇ ਪਹਿਲਾਂ ਮੈਨੂੰ ਪਟ ਦਾਂਗਾ ਤੇ ਲਈ ਵੀਡੀਓ ਬਣਾਉਗੀ ਗੋਡ ਬਾਈ ਗਾਈਜ਼ ਐਲ ਸੀ ਡੀ ਆਪਣੀ ਖੁੱਲ ਗਈ ਤਾਂ ਵੀ ਗਾਈਜ਼ ਆਪਣੀ ਐਲ ਸੀ ਡੀ ਖੁੱਲ ਚੁੱਕੀ ਹੈਗੀ ਹੁਣ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਔਰੇ ਤੇ ਲਓ ਜੀ ਆਪਾਂ ਰੱਖ ਲਈ ਆਹ ਕੇਵਲ ਇਹਾਰੇ ਵਾਈਫਾਈ ਲਈ ਲਈ ਸੀਗੀ ਇਹਦੇ ਚਾ ਵਾਇਰਲੈਸ ਵਾਈਫਾਈ ਹੈਗਾ ਇਸ ਕਰਕੇ ਇਹਨੂੰ ਆਪਾਂ ਕੱਢ ਹੀ ਦਿੰਨੇ ਆ ਤੇ ਇਹਨੂੰ ਆਪਾਂ ਰੱਖ ਲੈਨੇ ਆ ਔਰੇ ਆਹ ਦੇਖੋ ਤੁਸੀਂ ਇੰਦਰ ਆਹ ਵਾਈਫਾਈ ਦਾ ਉਹਨਾਂ ਨੇ ਹੈਨਾ ਆਹ ਬੋਤਲ ਜੀ ਧਾਤੀ ਸੀਗੀ ਤੇ ਉਹ ਡੱਬੀ ਧਾਕੇ ਨਹੀਂ ਗਏ ਹੈਗੇ ਮੁੜ ਕੇ ਚਲੋ ਤੇ ਗਾਈਜ਼ ਆਹ ਦੇਖ ਲਓ ਤੁਸੀਂ ਆ ਇਹਦਾ ਸਟੈਂਡ ਨਹੀਂ ਗੇ ਤੁਸੀਂ ਦੇਖ ਸਕਦੇ ਹੋ ਆ ਇਹਦੇ ਸਟੈਂਡ ਸੀਗੇ ਤੇ ਇਹਨਾਂ ਨੂੰ ਹੁਣ ਆਪਾਂ ਖੋਲਦੇ ਆ ਤੇ ਦੂਸਰੇ ਕਮਰੇ ਚ ਪਹਿਲਾਂ ਹੀ ਆਲਰੇਡੀ ਗਲੀਆਂ ਹੈਗੀਆਂ ਨਈਆਂ ਕਿਉਂਕਿ ਉਧਰ ਇਹ ਐਲਸੀਡੀ ਪਹਿਲਾਂ ਕਸੀ ਹੋਈ ਸੀ ਤੇ ਆਹ ਲੈ ਕੇ ਚੱਲਦੇ ਆ ਉਧਰ ਤੇ ਕੱਸ ਦੇਾਂਗੇ ਖੋਲ ਲੀ ਆ ਸਟੈਂਡ ਜੀ ਆ ਇਸ ਵੀ ਦੇਖ ਸਕਦੇ ਆ ਮੈਂ ਨਟ ਤੇ ਇਹਦੇ ਖੋਲ ਲੇ ਤੇ ਬਾਕੀ ਇਹ ਹਵਾ ਸਹਾਰੀ ਖੜਾ ਸੀਗਾ ਤੇ ਇਧਰਲਾ ਵੀ ਇਦਾਂ ਹੀ ਖੜਾ ਹੈ ਇਹਨੂੰ ਵੀ ਆਪਾਂ ਲਾਓ ਜੀ ਇਹ ਵੀ ਲੈ ਗਿਆ ਬਾਕੀ ਤੇ ਦੇਖ ਸਕਦੇ ਹੋ ਉਹ ਖਾਲੀ-ਖਾਲੀ ਇਹ ਕਰਤਾ ਆਪਾਂ ਤੇ ਸਟੈਂਡ ਹੁਣ ਆਪਾਂ ਉਧਰਲੇ ਕਮਰੇ ਜਿਹਲੇ ਜਾ ਕੇ ਕੱਸਦੇ ਆ ਨਟ-ਨੋਟ ਵੀ ਮੈਂ ਚੱਕ ਲੈ ਨਟ-ਨੋਟ ਤਾਂ ਮੈਂ ਲੈ ਕੇ ਆਇਆ ਸੀ ਚੱਕੇ ਹੁਣ ਮੈਂ LED ਵੀ ਚੱਕ ਕੇ ਲੈ ਜਨਾਗਾ ਤੇ ਗਾਇਸ ਤੁਸੀਂ ਦੇਖ ਸਕਦੇ ਹੋ ਮੈਂ ਦੂਸਰੇ ਰੂਮ ਦੇ ਵਿੱਚ ਆ ਗਿਆਗਾ ਤੇ ਇਸ ਰੂਮ ਦੇ ਵਿੱਚ ਆਹ LCD ਫਿੱਟ ਕਰਨੀ ਆ ਤੇ ਤੁਸੀਂ ਦੇਖ ਸਕਦੇ ਆ ਪਹਿਲਾਂ ਇੱਥੇ ਆਲਰੇਡੀ ਗਲੀਆਂ ਹੈਗੀਆਂ ਨਹੀਂ ਆ ਤੇ ਬਸ ਆਹ ਕਲੈਂਪ ਜੇ ਆਪਾਂ ਉਹਰੇ ਫਿੱਟ ਕਰਨੇ ਆ ਕਿਉਂਕਿ ਇਹ LCD ਪਹਿਲਾਂ ਇਹੀ ਰੂਮ ਦੇ ਵਿੱਚ ਲੱਗੀ ਸੀ ਤੇ ਇਹ ਰੂਮ ਅਸੀਂ ਨਹੀਂ ਯੂਜ਼ ਕਰਦੇ ਸੀ ਕਿਉਂਕਿ ਚਾਚਾ ਜੀ ਬਾਹਰ ਗਏ ਹੋਏ ਸੀ ਇਸ ਕਰਕੇ ਤੇ ਅਸੀਂ ਐਲਸੀਡੀ ਉਧਰ ਲੈ ਗਏ ਸੀਗੇ ਹੁਣੇ ਦੁਬਾਰੇ ਐਲਸੀਡੀ ਇੱਧਰ ਕੱਸ ਰਹੇ ਹਾਂ ਜਦੋਂ ਫਿਰ ਦੁਬਾਰੇ ਚਾਚੂ ਵੀ ਚਲੇ ਗਏ ਫਿਰ ਫਿਰ ਇੱਧਰ ਕੱਸ ਲਾਂਗੇ ਇਦਾਂ ਹੀ ਕਰਦੇ ਹੁੰਨੇ ਆ ਅਸੀਂ ਹਮੇਸ਼ਾ ਤੇ ਗਾਇਸ ਤੁਸੀਂ ਦੇਖ ਸਕਦੇ ਆ ਨਾ ਵੀ ਆਪਾਂ ਦੋਨੇ ਸਟੈਂਡ ਕੱਸਤੇ ਜਿਹਦੇ ਨਾਲ ਇਹ ਖੜਨੀ ਆ ਤੇ ਦੇਖ ਸਕਦੇ ਹੋਗੇ ਤੇ ਬਾਕੀ ਹੁਣ ਮੈਂ ਐਲਸੀਡੀ ਚੱਕਣ ਲੱਗਾਂਗਾ ਤੇ ਫਿਰ ਇਹਨੂੰ ਟੰਗ ਦੇ ਆਉਂਦੇ ਉੱਤੇ ਟੇਢੀ ਨਹੀਂ ਆਏਗੀ ਥੋੜੀ ਜਿਹੀ ਆ ਤੇ ਗਾਇਸ ਜਿਵੇਂ ਦੇਖ ਸਕਦੇ ਹੋ LCD ਦਾ ਫੈਟ ਹੋ ਚੁੱਕੀ ਆ ਤੇ ਬਾਕੀ ਹੁਣ ਮੈਂ ਆਹ ਸਵਿਚਬੋਰਡ ਪਟਣ ਲੱਗਿਆ ਸੀ ਕਿਉਂਕਿ ਨਾ ਸਵਿਚਬੋਰਡ ਆ ਜਿਹੜਾ ਇਹ ਪਲੱਗ ਨਹੀਂ ਚੱਲਦਾ ਰਾਤ ਨੂੰ ਜੋ ਚਾਰ ਚਲਾਉਣਾ ਹੁੰਦਾ ਫੋਨ ਫਿਰ ਉਧਰਲੇ ਪਾਸੇ ਲਾਉਣਾ ਪੈਂਦਾਗਾ ਅਸੀਂ ਜਦੋਂ ਦੋ ਜਾਣਿਆਂ ਨੇ ਪੈਣਾ ਹੁੰਦਾ ਫਿਰ ਯਾਨੀ ਕਿ ਬੋਰਡ ਪਟਣ ਲੱਗਿਆ ਹੁਣ ਦੇਖਦਾ ਮੈਂ ਇਹਦੇ ਚ ਕੀ ਪ੍ਰੋਬਲਮ ਆ ਕੀ ਪਲੱਗ ਚ ਤੇ ਉਹ ਸੈੱਟ ਕਰਦੇ ਆ ਤੇ ਲਓ ਵੀ ਗਾਇਸ ਜਦਾਂ ਮੈਂ ਟਾਪ ਆ ਜਾ ਤਾਂ ਖੋਲ ਲਿਆ ਤੇ ਹੁਣ ਇਹਦਾ ਜਿਹੜੇ ਸਕਰੂ ਨੇ ਉਹ ਵੀ ਮੈਂ ਖੋਲਣ ਲੱਗਦਾਗਾ ਦੇਖੋ ਤੁਸੀਂ ਇਹਦੇ ਛੋਟੇ ਛੋਟੇ ਪੇਚ ਲਾਏ ਹੋਇਆ ਤੇ ਬਾਕੀ ਆ ਤੇ ਇਹ ਦੇਖਦੇ ਆਂਗੇ ਇਹ ਓਕੇ ਤਾਰ ਹੀ ਲਹੀ ਹੋਈ ਹੈਗੀ ਤਾਰ ਮਲਾ ਟੁੱਟ ਕੇ ਪਿੱਛੇ ਡਿੱਗ ਪਈ ਇਹਦੇ ਤੇ ਦੇਖਦੇ ਆਂਗੇ ਤਾਰ ਪੱਕਾ ਨੰਗੀ ਹੋਊਗੀ ਇਸ ਕਰਕੇ ਮੈਂ ਹੱਥ ਦੇਖ ਕੇ ਪਾ ਰਿਆਂਗਾ ਉਹਦੇ ਵਿੱਚ ਕਿਉਂਕਿ ਇਹਦੇ ਚ ਤਾਰ ਲਹੀ ਤੇ ਹੁਣ ਮੈਂ ਦੇਖਦਾ ਕਿ ਕਿੱਥੇ ਫਿਰਦੀ ਹੈ ਉਹ ਤਾਰ ਫਿਰ ਮੈਂ ਉਹਨੂੰ ਲਾਉਣ ਆ ਇਹਦੇ ਵਿੱਚ ਸੈੱਟ ਕਰਕੇ ਤੇ ਲਓ ਵੀ ਗਾਇਸ ਤੁਸੀਂ ਦੇਖ ਸਕਦੇ ਹੋ ਆਹ ਤਾਰ ਨਿਕਲੀ ਹੋਈ ਸੀਗੀ ਤੇ ਇਹ ਮੈਂ ਦੇਖ ਲਓ ਤੁਸੀਂ ਲੁੱਪ ਲੁੱਪ ਕੇ ਲਾਤੀ ਤਾਰ ਅਰਥੀ ਲਿਆ ਹੋਇਆ ਸੀਗਾ ਇਹਦਾ ਤੇ ਫਿਲਹਾਲ ਹੁਣ ਆਪਾਂ ਇਹਨੂੰ ਬੋਰਡ ਨੂੰ ਹਨਾ ਤਾਰਾਂ ਤੁਰਾਇਆਂ ਵਿੱਚ ਨੂੰ ਕਰਕੇ ਮੈਂ ਸਮਾਰ ਕੇ ਤੇ ਇਹਨੂੰ ਮੈਂ ਦੁਬਾਰੇ ਕੱਸ ਦਾਂਗਾ ਤੇ ਫਿਰ ਤੁਹਾਨੂੰ ਦਿਖਾਉਣਾਗਾ ਫਿਰ ਆ ਲਾਈਟ ਲਾ ਕੇ ਚੈੱਕ ਕਰਾਉਣਾਗਾ ਬੋਰਡ ਪੂਰਾ ਉਹਦੇ ਚੱਲਦਾ ਹੋਣਾ ਤੇ ਲਓ ਵੀ ਮਿੱਤਰੋ ਬੋਰਡ ਤਾਂ ਮੈਂ ਕੱਸਤਾ ਤੇ ਹੁਣ ਅਪਲੱਗ ਤੇ ਲਾ ਕੇ ਇੱਕ ਵਾਰ ਤੁਹਾਨੂੰ ਮੈਂ ਲਾਈਟ ਚ ਲਾ ਕੇ ਦਿਖਾਉਣਾ ਲਓ ਜੀ ਚੱਲ ਵੀ ਲਾਈਟ ਹੁਣ ਹੋ ਗਿਆ ਕੰਮ ਢੰਨ ਇਹ ਇਹਦਾ ਮੇਰਾ ਮੇਨ ਕੰਮ ਸੀਗਾ ਇਹ ਮੈਂ ਟਾਈਮ ਕੱਢ ਕੇ ਅੱਜ ਕੀਤਾਗਾ ਇਹ ਤੇ ਇੱਥੇ ਜਦੋਂ ਮੈਂ ਪੈਣਾ ਉਹਨਾ ਨਾ ਫਿਰ ਮੈਨੂੰ ਚਾਰਜਿੰਗ ਦੀ ਲੋਡ ਹੁੰਦੀ ਆ ਫਿਰ ਮੈਨੂੰ ਉਧਰਲੇ ਪਾਸੇ ਪੈਣਾ ਪੈਂਦਾ ਹੁਣ ਮੈਂ ਉਰੀ ਪਿਆ ਕਰੂੰਗਾ ਇੱਥੇ ਚਾਰਜ ਲਾ ਕੇ ਮੌਜ ਨਾਲ ਤੇ ਫੋਨ ਨਹੀਂ ਚਾਰਜ ਰਹਿੰਦਾ ਯਾਰ ਇੱਕ ਤਾਂ ਫੋਨ ਹਜੇ ਵੀ ਮੇਰਾ 10% ਹੈਗਾ 10 ਨਹੀਂ ਘਟੀ ਆ 9 ਕੀ ਰਹਿ ਗਿਆ ਤੇ ਬਾਕੀ ਹੁਣ ਮੈਂ ਜਾ ਕੇ ਚਾਰਜ ਲਾਉਣਾ ਫੋਨ ਆ ਤੇ ਇਹ ਸਮਾਨ ਇਕੱਠਾ ਕਰਦੀ ਆਪਾਂ ਆਹ ਕੰਮ ਤਾਂ ਹੋ ਗਿਆ ਆਪਣਾ ਤੇ ਆ ਲਾਈਟ ਮੈਂ ਵੀਡੀਓ ਬਣਾਉਣ ਹੀ ਲੈ ਕੇ ਆਇਆ ਸੀਗਾ ਇਹਨੂੰ ਹੁਣ ਮੈਂ ਉਧਰ ਹੀ ਲੈ ਕੇ ਚੱਲਦਾ ਵਾਪਸ ਇਹ ਅਜਿਹਾ ਜਿੰਨ ਬਲੌਗ ਦੇ ਵਿੱਚ ਇਨਾ ਕੀ ਮੈਨੂੰ ਤੁਹਾਨੂੰ ਬਲੌਗ ਆਪਣਾ ਪਸੰਦ ਆਇਆ ਹੋਣਾਗਾ ਤੇ ਮਿਲਦੇ ਆਂ ਫਿਰ ਕਿਸੇ ਨਵੀਂ ਚੀਜ਼ ਨਾਲ ਤੇ ਕਿਸੇ ਨਵੇਂ ਬਲੌਗ ਨਾਲ ਚਲੋ ਓਕੇ ਫਿਰ ਬਾਏ ਇੱਥੇ ਸਪੋਰਟ ਕਰੋ ਤੇ ਸਬਸਕ੍ਰਾਈਬ ਕਰ ਲੋ 50k ਕੰਪਲੀਟ ਕਰੋ ਜਲਦੀ ਜਲਦੀ